ਸਭ ਤੋਂ ਪਹਿਲਾਂ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੜਾ ਰੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੋਸਤੋ ਪੰਜਾਬੀ ਜਿੱਥੇ ਵੀ ਬੈਠੇ ਨੇ ਉੱਥੇ ਹੀ ਇੱਕ ਨਵਾਂ ਪੰਜਾਬ ਵਸਾਇਆ ਕਿ ਪੰਜਾਬੀਆਂ ਦੀ ਫਿਤਰਤ ਹੈ ਆਪਣੀ ਮਿਹਨਤ ਨਾਲ ਆਪਣੇ ਕਰਮਾਂ ਦੇ ਨਾਲ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਕਬੱਡੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਪੂਰੀ ਦੁਨੀਆਂ ਦੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਹਾਂ ਜੋ ਸਤਿਕਾਰ ਜੋ ਮੁਹੱਬਤ ਜੋ ਪ੍ਰੇਮ ਤੁਸੀਂ ਪੰਜਾਬੀ ਨੂੰ ਜਾਂ ਆਪਣੀ ਖੇਡ ਕਬੱਡੀ ਨੂੰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਦਿੱਤਾ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਨੂੰ ਇਹ ਸਤਿਕਾਰ ਤੇ ਮਾਣ ਨਹੀਂ ਮਿਲਿਆ ਜੋ ਤੁਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਦੇ ਰਹੇ ਹੋ ਤੁਸੀਂ ਵਧਾਈ ਹੱਕਦਾਰੋਂ ਤੋਂ ਰੱਖ ਕੇ ਪੰਜਾਬ ਦੇ ਵਿੱਚ ਕੋਠੀਆਂ ਤੇ ਕਾਰਾਂ ਵਾਲੇ ਹੋਏ ਆ ਇੱਕ ਆਪਣੇ ਨਾਂ ਦੇ ਉੱਤੇ ਜ਼ੋਰਦਾਰ ਤਾੜੀ ਮਾਰ ਲਓ ਜੇ ਹਰ ਘਰ ਦੇ ਵਿੱਚੋਂ ਇੱਕ ਪੁੱਤ ਨੂੰ ਕੁਰਬਾਨੀ ਦੇਣੀ ਪਈ ਜਾਣੀ ਉਹਨੂੰ ਪਰਦੇਸੀ ਹੋਣਾ ਪਿਆ ਫਿਰ ਜਾ ਕੇ ਅਸੀਂ ਪੰਜਾਬ 'ਚ ਕੋਠੀਆਂ ਤੇ ਕਾਰਾਂ ਵਾਲੇ ਹੋਏ ਹਾਂ ਨਹੀਂ ਤਾਂ ਅਸੀਂ ਅੱਜ ਵੀ ਗੱਡਿਆਂ ਤੇ ਹੋਣਾ ਸੀ ਜੇ ਸਾਡੀਆਂ ਭੈਣਾਂ ਦੇ ਵੱਡੇ ਵੱਡੇ ਵਿਆਹ ਹੋ ਗਏ ਵੱਡੀਆਂ ਕੋਠੀਆਂ ਪਾ ਲਈਆਂ ਛੋਟੇ ਭਰਾਵਾਂ ਨੇ ਬਹੁਤ ਮੋਟਰਸਾਈਕਲ ਰੱਖੇ ਆ ਤਾਂ ਤੁਹਾਡੇ ਕਰਕੇ ਰੱਖੇ ਹੋਏ ਇਹ ਤੁਹਾਨੂੰ ਸਾਰਾ ਜਾਂਦਾ ਆਵਾਜ਼ ਆ ਜਾ ਕੱਟ ਹੋਵੇ ਹਾਂਜੀ ਆਹ ਮੈਕ ਦੇ ਦਿਓ ਹੈਲੋ ਹੈਲੋ ਗੱਲ ਕਬੱਡੀ ਨਹੀਂ ਕਰਨ ਲੱਗੇ ਹਾਂ ਦੋਸਤੋ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਂ ਦੋ ਲੈਣਾ ਤੁਹਾਡੀ ਨਜ਼ਰ ਕਰ ਰਿਹਾ ਗਿਆਨ ਤਿਹਾਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਤੇਰੀ ਐਸਾ ਜੋ ਗੁਰਦੁਆਰੇ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਗੁਰਦੁਆਰੇ ਦੀਆਂ ਗਰਾਊਂਡਾਂ ਦੇ ਵਿੱਚ ਕਬੱਡੀ ਦਾ ਜਿਹੜਾ ਮੇਲਾ ਲਾਇਆ ਔਰ ਸਾਡਾ ਸੱਤਾ ਮਠੱਡਾ ਸਾਹਿਬ ਪਾਲਾ ਭਾਜੀ ਗੋਲਡੀ ਭਾਜੀ ਪਿੰਦੂ ਜੀ ਪ੍ਰਤਾਪ ਬਾਈ ਜੋਰ ਸਾਹਿਬ ਸਾਰੇ ਸਤਿਕਾਰਯੋਗ ਦੋਸਤ ਆ ਮੈਂ ਕਿਹਦਾ ਕਿਹਦਾ ਨਾਮ ਲਵਾਂ ਪੁੱਲਾ ਭਾਜੀ ਕਿਉਂਕਿ ਤੁਸੀਂ ਸਾਰੇ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਸਾਰੇ ਆਪਣੇ ਆਪਣੇ ਨਾਂ ਕਮਾਏ ਨੇ ਸਾਰੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਮੁਬਾਰਕਬਾਦ ਹੈ ਕਬੱਡੀ ਦੀ ਗੱਲ ਸ਼ੁਰੂ ਕਰਨ ਲੱਗਿਆ ਦੋਸਤੋ ਅੱਜ ਵਿੱਚ ਗਰਾਂਡੇ ਵੀ ਮੇਲਾ ਲੱਗਿਆ ਪਹਾੜੀ ਹਰ ਕੋਈ ਇਹੋ ਹੀ ਚਾਹੁੰਦਾ ਏ ਸਾਡੀ ਬਣੀ ਰਹੇ ਸਰਦਾਰੀ ਹਰ ਕੋਈ ਇਹੋ ਹੀ ਚਾਹੁੰਦਾ ਏ ਸਾਡੀ ਬਣੀ ਰਹੇ ਸਰਦਾਰੀ ਬੱਡਾ ਬਾਈ ਕਹਿੰਦਾ ਛੋਟੇ ਨੂੰ ਬੱਡਾ ਬਾਈ ਕਹਿੰਦਾ ਛੋਟੇ ਨੂੰ ਅੱਜ ਪੱਤਾ ਦਾ ਮਸਲਾ ਜਿੱਤ ਦਾ ਬਣ ਗਿਆ ਓਏ ਸੋਹਣਿਆ ਦੋ ਕੋਟੀਆਂ ਪਾਲੇ ਮਸਲਾ ਜਿੱਤ ਦਾ ਬਣ ਗਿਆ ਓਏ ਸੋਹਣਿਆ ਦੋ ਕੋਟੀਆਂ ਪਾਲੇ ਸੁਰਮਾ ਦੀਆਂ ਸ਼ੇਰਾਂ ਓਏ ਵਿੱਕੀ ਸਾਹਿਬ ਜੀ ਆਇਆਂ ਨੂੰ ਵਿੱਕੀ ਵੈਲਕਮ ਜੀ ਆਇਆਂ ਨੂੰ ਤੁਹਾਨੂੰ ਤੈਨੂੰ ਪਾਇਆ ਸ਼ੇਰਾਂ ਓਏ ਦੇਸੀ ਘਿਓ ਦਿਖਵਾ ਕੇ ਚੋਰੀ ਸੁਰਮਾ ਦੀਆਂ ਮੱਖਣਾਂ ਓਏ ਸਾਡਾ ਜਿੱਤਣਾ ਏ ਜ਼ਰੂਰੀ ਤੈਨੂੰ ਪਾਇਆ ਸ਼ੇਰਾਂ ਓਏ ਦੇਸੀ ਘਿਓ ਦਿਖਵਾ ਕੇ ਚੋਰੀ ਸੁਰਮਾ ਦੀਆਂ ਮੱਖਣਾਂ ਓਏ ਸਾਡਾ ਜਿੱਤਣਾ ਮਸਲਾ ਜਿੱਤ ਦਾ ਬਣ ਗਿਆ
ਦੋ ਕੋਟੀਆਂ ਪਾਲੇ, ਪਹਿਲੀ ਦੋ ਦੋ ਕੋਟੀਆਂ ਪਾਲੇ, ਪਹਿਲੀ ਧਾਰੀਵਾਲ ਚੀਨਾ ਸਾਹਿਬ ਬੀਤੀ ਪਹਿਲੀ ਦੇ ਰਾਜ ਵਿੱਚ ਜੋੜ ਕੇ ਮਾਰੀ ਪਹਿਲੀ ਰਾਜ ਬਾਰਿਕਤ ਦੇ ਹੰਦੀਆਂ ਚੋ ਇਹਨੂੰ ਨਾਰ ਜੋਰ ਦੀ ਧੱਕਾ, ਬਾਰਿਕਤ ਦੇ ਹੰਦੀਆਂ ਚੋ ਇਹਨੂੰ ਜੋਰ ਦੀ ਧੱਕਾ, ਜਾਂ ਫਿਰ ਪਾਲਾ ਕੈਂਚੀ ਹੋਏ, ਜਾਂ ਫਿਰ ਪਾਲੇ ਲੱਕ ਨੂੰ ਜੱਫਾ, ਜਾਂ ਫਿਰ ਪਾਲੇ ਕੈਂਚੀ ਹੋਏ, ਜਾਂ ਫਿਰ ਪਾਲੇ ਜੱਕ ਨੂੰ ਜੱਫਾ, ਬਾ ਫੜਕ ਵੇਲੀਏ ਫੜਕੇ ਬੇਲੀ ਹਾਵੇ, ਇਹਦੀ ਇੱਥੇ ਗੋਡਣੀ ਲਾ ਦੇ, ਮਸਲਾ ਜਿੱਤ ਦਾ ਬਣ ਗਿਆ ਵੇ ਸੋਹਣਿਆ, ਦੋ ਚਾਰ ਜੱਫੇ ਲਾ ਦੇ, ਮਸਲਾ ਜਿੱਤ ਦਾ ਬਣ ਗਿਆ ਵੇ ਸੋਹਣਿਆ, ਦੋ ਦੋ ਕੌਡੀਆਂ ਪਾ ਦੇ, ਇਹ ਗੱਲ ਹੋ ਗਈ ਕਬੱਡੀ ਦੀ ਗੱਲ। ਹੁਣ ਜਿਹਨਾਂ ਦੀਆਂ ਨੀਤਾਂ ਸੱਚੀਆਂ ਹੁੰਦੀਆਂ ਨੇ ਰੱਬ ਉਹਨਾਂ ਨੂੰ ਮੁਰਾਦਾਂ ਲਾਉਂਦਾ। ਹੱਸ ਹੱਸ ਕੇ ਲੰਘ ਜਾਂਦੇ, ਹੱਸ ਹੱਸ ਕੇ ਲੰਘ ਜਾਂਦੇ, ਹੱਸ ਹੱਸ ਕੇ ਲੰਘ ਜਾਂਦੇ, ਜਦੋਂ ਵੀ ਵਿੱਚ ਮੁਸੀਬਤ ਘਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਕੋਈ ਬਿਰਲਾ ਹੀ ਜੰਮਦੀ ਏ ਮਾਂ ਭਗਤ ਸਿੰਘ ਜਿਹਾ ਸੂਰਾ, ਜੋ ਕਹਿਰੀ ਕਥਨੀ ਦੇ ਹਾਵੀ ਉਤਰੇ ਪੂਰਾ ਪੂਰਾ, ਜੋ ਕਹਿਰੀ ਕਥਨੀ ਦੇ ਹਾਵੀ ਉਤਰੇ ਪੂਰਾ ਪੂਰਾ, ਮਿਲ ਲੱਗਣ ਸ਼ਹੀਦਾਂ ਦੇ, ਮਿਲ ਲੱਗਣ ਸ਼ਹੀਦਾਂ ਦੇ, ਉਂਝ ਲੋਕ ਬਥੇਰੇ ਫਿਰਦੇ, ਰੱਬ ਸਿੰਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ, ਰੱਬ ਸਿੰਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਭਗਤ ਪੂਰਨ ਸਿੰਘ ਵਰਗਾ ਕੋਈ ਪੂਰਨ ਇਨਸਾਨ ਨਹੀਂ, ਇਸ ਦੁਨੀਆਂ ਦੇ ਵਿੱਚ ਤਾਂ ਕੋਈ ਉਹਦੇ ਜਿਹਾ ਮਹਾਨ ਨਹੀਂ, ਭਗਤ ਪੂਰਨ ਸਿੰਘ ਵਰਗਾ ਕੋਈ ਪੂਰਨ ਇਨਸਾਨ ਨਹੀਂ, ਇਸ ਕਲ ਯੁੱਗ ਦੇ ਵਿੱਚ ਤਾਂ ਕੋਈ ਉਹਦੇ ਜਿਹਾ ਮਹਾਨ ਨਹੀਂ, ਚੁੱਕ ਹਿੱਕ ਨਾਲ ਲਾਉਂਦਾ ਸੀ, ਚੁੱਕ ਹਿੱਕ ਨਾਲ ਲਾਉਂਦਾ ਸੀ, ਜੋ ਸੀ ਖਾ ਕੇ ਠੋਕਰਾਂ ਗਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਮੇਰੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬਖਸ਼ੀਏ ਸਰਦਾਰੀ, ਸਰ ਲੱਥ ਨਾ ਲੱਥ ਜਾਵੇ ਸਾਨੂੰ ਅਰਖ ਹੈ ਜਾਨੋ ਪਿਆਰੀ, ਸਿਰ ਲੱਥ ਨਾ ਲੱਥ ਜਾਵੇ ਸਾਨੂੰ ਅਰਖ ਹੈ ਜਾਨੋ ਪਿਆਰੀ, ਇਤਿਹਾਸ ਸੁਹਾ ਸਾਡਾ, ਇਤਿਹਾਸ ਸੁਹਾ ਸਾਡਾ, ਬੇ ਮੁੱਲ ਪੈਂਦੇ ਸਿੰਘਾਂ ਦੇ ਸਿਰ ਤੇ, ਰੱਬ ਸਿੱਧੀਆਂ ਪਾਉਂਦਾ ਏ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਮਾਂ ਦੇ ਪੈਰੀ ਜੰਨਤ ਹੈ ਗੱਲ ਸੱਚੀ ਕਹਿੰਦਾ, ਕੋਈ ਟੋਟ ਨਹੀਂ ਰਹਿੰਦੀ ਨਾ ਕੋਈ ਰਹਿੰਦੀ ਮਿੱਤਰਾ ਤੰਗੀ, ਮਾਂ ਦੇ ਪੈਰੀ ਜੰਨਤ ਹੈ ਗੱਲ ਸੱਚੀ ਕਹਿੰਦਾ ਮੰਗੀ, ਜੇ ਉਹਦੀ ਕਿਰਪਾ ਹੋ ਜਾਵੇ, ਜੇ ਉਹਦੀ ਕਿਰਪਾ ਹੋ ਜਾਵੇ, ਸੁੱਕੀਆਂ ਬਾਗਾਂ ਵਿੱਚ ਫੁੱਲ ਖਿੜਦੇ, ਰੱਬ ਸਿੱਧੀਆਂ ਪਾਉਂਦਾ ਏ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਦੇ ਸਾਫ ਹੁੰਦੇ ਨੇ ਹਿਰਦੇ, ਰੱਬ ਸਿੱਧੀਆਂ ਪਾਉਂਦਾ ਏ ਜਿਨ੍ਹਾਂ ਹੁਣ ਦੋ ਬੋਲ, ਦੋ ਬੋਲ ਅਸੀਂ ਬੈਨੀ ਦੇ ਸੁਣਦੇ ਹਾਂ, ਦੋ ਦੋ ਬੋਲ ਬੈਨੀ ਦੇ, ਇਹ ਸੀ ਮੰਗੀ ਮਹਾਰਾਜ, ਬਹੁਤ ਬਹੁਤ ਧੰਨਵਾਦ।
ਤੇ ਮੈਂ ਬੇਨਤੀ ਕਰੂੰ ਦੋਨੋਂ ਟੀਮਾਂ ਨੂੰ ਫੋਟੋ ਕਰਵਾ ਗ੍ਰੇਵੈਂਟ ਵਾਲੇ ਪਾਰਕਿੰਗ ਵਾਲੇ ਤੇ ਮੈਡਮ ਵਾਲੇ ਆਇਓ ਸਾਰੇ ਆਇਓ ਸਾਰੇ ਆਇਓ ਇੱਥੇ ਤੁਹਾਡੇ ਵੱਲ ਨਾਨਕੇ ਆ ਏਦਾਂ ਨੀ ਕਹਿੰਦੇ ਲਾਈਵ ਆ ਜਿਹੜੇ ਨਹੀਂ ਆਏ ਉਹਨਾਂ ਤੋਂ ਸੌਰੀ ਕਹਿ ਸਕਦੇ ਜੀ ਜਿਹੜੇ ਆ ਗਏ ਉਹਨਾਂ ਦਾ ਥੈਂਕ ਯੂ ਲਾਈਵ ਆ ਉਹ ਫੋਟੋਆਂ ਚਾਰ ਖਿੱਚਣੀਆਂ ਪਾਲੇ ਦੀਆਂ ਫਿਰ ਜਾਣਾ ਅਗਲੇ ਹਫ਼ਤੇ ਚੱਲ ਜਾਣਾ ਨਾ ਮੈਂ ਲਾਈਵ ਹੋਇਆ ਸਾਰਾ
ਫੋਟੋਗ੍ਰਾਫੀ ਕਰਦੇ ਫੋਟੋ ਖਿੱਚ ਲੈਂਦੇ ਆ ਖਿੱਚੀ ਜਾ ਥੋੜੀ ਆਈ ਨੀਡ ਹੈਲਪ ਪਲੀਜ਼ ਔਨ ਕਰ ਲਈ ਉੱਥੋਂ ਉਹ ਮੁੰਡਾ ਪਾਲਾ ਨੀ ਪਾਲਾ ਉਹਦੇ ਕਰਨੀ ਨੈਕਸਟ ਚੱਲ ਜਾਣਾ ਫੋਟੋ ਲੈ ਰਹੇ ਤੁਸੀਂ ਬਣਾ ਲਏ ਮੇਰਾ ਲਾਈਵ ਚੱਲਦਾ ਕੰਮ ਕਰਦਾ ਲਓ ਜੀ ਹੋ ਜਾਓ ਰੈਡੀ ਲੱਗਾ ਫਾਈਨਲ ਚੱਲਣ ਅੰਦਰ ਜਾ ਕੇ ਖਿੱਚਦੇ ਮੈਨੂੰ ਥੋੜੇ ਮੈਂ ਪੋਸਟਰ ਬਣਾਉਣ ਲੈ ਵਧੀਆ ਕਬੱਡੀ ਦਾ ਪੇਜ ਆ ਟੌਪ ਸਪੋਰਟਸ ਕਬੱਡੀ ਟੌਪ ਸਪੋਰਟਸ ਕਬੱਡੀ ਮੈਨੂੰ
Yeah!
Come on, 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 come on
ਬਾਹਰ 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 ਬਾਹਰ
ਭਾਜੀ ਦੇਖ ਕੇ ਜਿਹੜਾ ਭਾਜੀ ਮੈਡਮ ਦੇਖ ਕੇ ਖਿੱਚ ਕੇ ਮੇਰਾ ਵੀਰ ਠੀਕ ਆ ਸਾਰੇ ਵਿੱਚ ਜਾਵੜੇ ਸਾਰੇ ਉੱਧਰ ਚਲ ਗਏ ਸਾਰੇ ਉੱਧਰ ਚਲ ਗਏ ਉੱਥੇ ਜਗ੍ਹਾ ਵੀ ਇੱਧਰ ਐਮ ਪੀ ਇੱਕ ਦੂਜੇ ਲਾਈਨ 'ਚ ਵੀ ਹੈਗੇ ਫਾਰ ਵਾਲੇ ਦੇਖਣਾ ਟਰਾਈ ਕਰਕੇ ਪਤਾ ਨਹੀਂ ਕਿਹੜਾ ਵਜਿਆ ਪਰ ਥੋੜ੍ਹਾ ਟਾਈਮ ਲੈਂਦਾ ਪੁੱਛ ਉਹਦੇ ਨਾਲ ਥੋੜੇ ਪੋਸਟ ਦੋ ਕੁ ਮੇਰੀਆਂ ਕਿਤੇ ਪੋਸਟਾਂ ਵਾਲੀਆਂ ਜੇ ਜਿੰਨੀਆਂ ਕਲਿੱਕ ਕਰ ਸਕਦਾ ਸਾਰਿਆਂ ਨੇ ਬਣਾਇਆ ਆਉਣੇ ਨਹੀਂ ਆਉਣੇ ਨਹੀਂ
ਪਾੜ ਦਾਂਗਾ ਡਬਲ ਕਟਰ ਕੰਪਰ ਕੰਪਰ ਦੋਵਾਂ ਦੇ ਜੱਪਾ ਹੀ ਪੈਣ ਦੋਵਾਂ ਦੇ ਇੱਕ ਟੱਕ ਮੈਨੂੰ ਖਿੱਚਣੀ ਨਹੀਂ ਆਉਂਦੀ, ਮੈਂ ਸਾਰੀਆਂ ਖਰਾਬ ਕਰਦੀ। ਉਹ ਸ਼ੇਰਾ ਉੱਠ ਪਏ, ਤੁਸੀਂ ਲੋੜ ਪੈ ਗਈ ਬੈਠੋ, ਸ਼ੇਰ ਨੂੰ ਫੜੋ। ਉਹ ਸਰਕਾਰਾਂ ਲੈਣ ਜੋਰ ਤਾਂ ਕਰਾਉਂਦਾ ਹੀ ਯਾਰ, ਉਹ ਸਹੀ ਹੋ ਗਿਆ। ਮਾਰਦਾ ਬਲਕਾਰਾ ਆ ਗਿਆ, ਬਲਕਾਰਾ ਆ ਗਿਆ, ਉਹਨਾਂ ਪਿਆਰ ਹੁੰਦਾ ਆ ਗਿਆ। ਨਾ 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 ਚੋਲਾ ਚੋਲਿਆ ਚੋਲਿਆ ਰੱਖ, ਉਹ ਬਲਕਾਰੇ ਉਹ ਬਲਕਾਰੇ ਖੰਡੇ
ਓ ਲੰਗਰ ਓ ਬੰਗਰ ਓ ਬੰਗਰ ਓ ਬੰਗਰ ਹੱਥ ਦੇ ਨਾ ਬੋਲ ਅਮਣ 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 ਬਲਕਰ ਪਾਲੇ ਨੇ ਪੈਣਾ ਪਾਲੇ ਨੇ ਪਾਲਾ ਹੀ ਪਾਲਾ ਹੀ ਪਾਲਾ ਹੀ ਆ ਗਿਆ ਆ ਗਿਆ ਪਾਲਾ ਦੇਖਿਆ ਪਾਲਾ ਬਾਹਰ 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 ਮੇਰਾ ਫਿਨਿਸ਼ ਹੋ ਗਿਆ ਫੋਨ ਲੱਗ ਗਿਆ ਜਿੰਨੀਆਂ ਮੈਕਸੀਮਮ ਕਰ ਸਕਦਾ ਕਰ ਦੇ ਪਲੀਜ਼ ਹਾਂਜੀ ਲਵ ਯੂ ਬ੍ਰੋ ਦਸ ਹਜ਼ਾਰ ਪਾਊਂਡ ਪਾਲੇ ਨੂੰ ਮਿਲਿਆ ਜੀ ਮੈਂ ਤਾਂ ਇੱਕ ਪਿਕਚਰ ਟੇਕ ਕਰਦਾ ਕਿੰਨਾ ਚਿਰ ਵੇਟ ਕਰਦਾ ਬਿਨ ਕਲੀਅਰ ਆਫਟਰ ਜਾਨੋ ਪਲੇਅਰ ਮੂਵ ਹੋ ਜਾਵੇ ਹੋ ਸਕੇ ਓਏ ਓ ਬੱਦੇ ਓਏ
ਚਲੇ ਗਿਆ ਬਹੁਤ ਹੁਣ ਨਾ ਜਾ ਚਾਚਾ ਮਾਰਿਆ ਦੇਖਿਆ ਲਾ ਕੇ ਲਓ ਜੀ ਫਿਨਿਸ਼ ਹੋ ਗਿਆ ਜੀ ਮੈਚ।